ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਰਤਕਾਰ ਮਾਨ ਦੇ ਜਿਹੜੇ ਵੀਡੀਓ ਵਾਇਰਲ ਹੋਈ ਹੈ ਤੇ ਅੱਜ ਮੀਡੀਆ ਰਾਹੀਂ ਕਾਫੀ ਕੁਝ ਸੁਣਨ ਨੂੰ ਮਿਲਿਆ ਔਰ ਅਮਰੀਕਾ ਤੋਂ ਕਾਫੀ ਫੋਨ ਆਏ ਤੇ ਉਹਨਾਂ ਲੋਕਾਂ ਨੇ ਜਿਹੜਾ ਨਿਸ਼ਾਨਾ ਸਾਧਿਆ ਉਹ ਬਿਕਰਮ ਸਿੰਘ ਮੰਜੀਠੀਏ ਤੇ ਸਾਧੇ ਕਹਿੰਦੇ ਬਿਕਰਮ ਸਿੰਘ ਮੰਜੀਠੀਏ ਨੇ ਬ੍ਰਿਟਿਸ਼ ਸ਼ੀਰਤਕੌਰ ਤੋਂ ਇਹ ਸਭ ਕੁਝ ਬੁਲਾਇਆ ਕੋਈ ਲਾਲਚ ਦਿੰਦਾ ਹੈ ਇਹ ਤਾਂ ਹੁਣ ਰੱਬ ਜਾਣੇ ਇਹਨਾਂ ਦਾ ਤੇ ਜਾਂ ਇਹ ਮਜੀਠੀਆ ਗਲੱਕ ਜਾਣੇ ਤੇ ਜਾਂ ਬੇਟੀ ਸ਼ੀਰਤਕੌਰ ਮਾਨ ਜਾਣੇ ਤੇ ਜਾਂ ਉਹਦੀ ਮਾਂ ਸ਼ੀਰਤਕੌਰ ਦੀ ਉਹ ਜਾਣੇ ਪਰ ਮੈਂ ਜਿਹੜੀ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਹੁਣ ਅਕਾਲੀ ਤੇ ਕਾਂਗਰਸ ਸੀ ਜੋ ਪੁੱਜ ਇਹਨਾਂ ਨੇ ਗੰਦ ਪਾਇਆ ਸੀ ਆਪਣੇ ਰਾਜ ਵਿੱਚ ਮਤਲਬ ਲੋਕਾਂ ਨੂੰ ਲੁੱਟਿਆ ਸੀ ਨਸ਼ੇ ਵਿੱਚ ਖੁੱਲ ਕੇ ਔਰ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕੀਤਾ ਤੇ ਜਾਂ ਮਤਲਬ ਕਿ ਜੋ ਕੁਝ ਵੀ ਇਹਨਾਂ ਨੇ ਗੰਦ ਪਾਇਆ ਸੀ ਉਹ ਸਾਰਾ ਜਿਹੜਾ ਕੁਝ ਹੈਗਾ ਉਹ ਇਹ ਭਵੰਤਮਨ ਦੇ ਸ਼ਹਿਰ ਠੇਕੜਾ ਪੰਨਾ ਜਾਂਦੇ ਆ ਦੂਜੀ ਗੱਲ ਅਕਾਲੀਆਂ ਨੂੰ ਤਕਰੀਬਨ 10 ਸਾਲ ਹੋਣ ਵਾਲਿਆ ਸਤਾ ਤੋਂ ਬਾਹਰ ਹੋਇਆ ਨੂੰ ਖਾਸ ਕਰਕੇ ਜਿਹੜਾ ਸੁਖਵੀਰ ਬਾਦਲ ਹਰ ਵਕਤ ਬਸ ਜੋ ਦੇ ਮੂੰਹ ਚ ਆਉਂਦਾ ਉਹ ਬੱਕ ਦਿੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਇੱਕ ਮੈਂ ਵੀਡੀਓ ਸੁਣਿਆ ਉਹਦੇ ਵਿੱਚ ਕਹਿੰਦਾ ਕਹਿੰਦਾ ਮੇਰਾ ਜਨਮ ਹੋਇਆ 1964 ਦੇ ਵਿੱਚ ਉਨਸਾਰ 64 ਵਿੱਚ ਕਹਿੰਦਾ ਬਾਦਲ ਸਾਹਿਬ ਜੇਲ੍ਹ ਦੇ ਵਿੱਚ ਅੰਦਰ ਬੰਦ ਸੀਗੇ ਹੁਣ ਸਵਾਲ ਬਹੁਤ ਵੱਡਾ ਹੈ ਵੀ ਬਾਦਲ ਸਾਹਿਬ ਉਦੋਂ ਜੇਲ੍ਹ ਵਿੱਚ ਸੀ ਤੇ ਤੇਰਾ ਜਨਮ ਕਿਦਾਂ ਹੋ ਗਿਆ ਇਹ ਸੱਚ ਤਾਂ ਹੈਗਾ ਹੀ ਆ ਨਾ ਕੁਝ ਤਾਂ ਕੁਛ ਤਾਂ ਰੜਕੂ ਗਈ ਜਿਵੇਂ ਉਹ ਕਹਿੰਦਾ ਹੁੰਦਾ ਵੀ ਬਾਦਲ ਸਾਹਿਬ ਮੇਰੇ ਪਿਤਾ ਦੇ ਸਮਾਨ ਨੇ ਜਾਨੀ ਕਿ ਹੋ ਸਕਦਾ ਪਿਤਾ ਕੋਈ ਹੋਰ ਹੋਵੇ ਤਾਂ ਇਹ ਕਿਹ ਹੈ ਪਿਤਾ ਦੇ ਸਮਾਨ ਨੇ ਜਦੋਂ ਪਿਓ ਤਾਂ ਜੇਲ੍ਹ ਵਿੱਚ ਹੈ ਤੇ ਤੇਰਾ ਬਾਹਰ ਜਨਮ ਹੋਈ ਜਾਂਦਾ ਇਹ ਸਵਾਲ ਤਾਂ ਹੈਗਾ ਹੀ ਆ ਮੇਰੇ ਕੰਨੀ ਗੱਲ ਥੋੜੀ ਜਾਂ ਮੈਂ ਚਰਚਾ ਮਤ ਛੜੀਆਂ ਹੋਈ ਜਾਂਦੇ ਤੇ ਦੂਜੇ ਪਾਸੇ ਬੀਬਾ ਹਰਸਿਮਰਤ ਕੋਰ ਬਾਦਲ ਉਹਨੇ ਵੀ ਅੱਜ ਵੀਡੀਓ ਸਾਹਮਣੇ ਪੜਾਸ ਕੱਢੀ ਆ ਦੇਖੋ ਕਹਿੰਦੀ ਭਵੰਤਮਨ ਦੀ ਬੇਟੀ ਰੋਂਦੀ ਪਈ ਆ ਤੇ ਬੇਟੀ ਨਹੀਂ ਰੋਂਦੀ ਪਈ ਬੇਟੀ ਨੂੰ ਤੁਸੀਂ ਰਗੌਣ ਬਾਅਦ ਤੇ ਮਜਬੂਰ ਕਰ ਰਹੇ ਹੋ ਪਤਾ ਨਹੀਂ ਕਿਹੜੀ ਬੁੰਡਾ ਕਰਦੀ ਕਿਹੜੀ ਧਮਕੀ ਦਿੱਤੀ ਹੋਣੀ ਆ ਕਿ ਲਾਜਦਤਾ ਹੋਣਾ ਨੂੰ ਬੁਲਾਉਣ ਵਾਸਤੇ ਚਲੋ ਇਹ ਤਾਂ ਤੁਹਾਡੀ ਕਰਤੂਤ ਹੈ ਜਿਹੜਾ ਤੁਸੀਂ ਗੰਦ ਪਹਿਲਾਂ ਪਾਇਆ ਸੀ ਹੁਣ ਵੀ ਪਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਤਾਂ ਤਕਰੀਬਨ ਲੋਕ ਜਾਣਦੇ ਨੇ ਜਾਂ ਰੱਬ ਜਾਣਦਾ ਤੁਹਾਨੂੰ ਮਾਫ਼ ਕਰ ਦੇਊਗਾ ਤੇ ਜੇ ਲੋਕ ਤੁਹਾਨੂੰ ਮੂੰਹ ਲਾਉਣਗੇ ਮਾਫ਼ ਕਰਨਗੇ ਇਹ ਤਾਂ ਉਧਰ ਦੀ ਗੱਲ ਹੈ ਮੈਂ ਉਧਰ ਨਾ ਹੀ ਜਾਣਾ ਚੰਗਾ ਪਰ ਹਾਂ ਇੱਕ ਗੱਲ ਤੁਹਾਨੂੰ ਮੈਂ ਦੋਨਾਂ ਨੂੰ ਕਹਿ ਦੇਣਾ ਭਾਵੇਂ ਭਗਾਲੀ ਕੋਣ ਭਾਵੇਂ ਕਾਂਗਰਸੀ ਹੋਣ ਤੁਸੀਂ ਨਾ ਮੁੱਖ ਮੰਤਰੀ ਦੀ ਕੁਰਸੀ ਦੇ ਜਿਹੜੇ ਸੁਪਨੇ ਲੈਨੇ ਹੋ ਉਹ ਛੱਡ ਦਿਓ ਭਰਾਓ ਉਹ ਕੁਰਸੀ ਤੁਹਾਨੂੰ ਮਿਲਣੀ ਨਹੀਂ ਤੁਹਾਡੇ ਕੋਲ ਸਟੈਂਡਿੰਗ ਹੈ ਨਹੀਂ ਤੁਹਾਨੂੰ ਕੁਰਸੀ ਕਿੱਥੇ ਮਿਲੂ ਤੇ ਇਧਰ ਮਜੀਠੀਆ ਤੇ ਸੁਖਵੀਰ ਬਾਹਲੇ ਕਾਲੇ ਨੇ ਮੈਂ ਕੱਲ ਵੀ ਕਿਹਾ ਸੀ ਬਸ ਇਹਨੂੰ ਹਰ ਵਕਤ ਸੁਪਨੇ ਵਿੱਚ ਕੁਰਸੀ 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 ਪੈਦੇ ਕੁੱਗੀ ਜਾਂਦੇ ਨੇ ਤੇ ਜੇ ਤੁਸੀਂ ਕਿਤੇ ਜਿੰਨਾ ਪੰਜੋਰ ਹੁਣ ਭਵੰਤਮਾਨ ਨੂੰ ਬਦਨਾਮ ਕਰਨ ਵਾਲੇ ਤੇ ਲਾਇਆ ਨਾ মিডিਆ ਮੂੜੇ ਇਕੱਠਾ ਕਰਕੇ ਪੈਸੇ ਤੁਸੀਂ ਲਾ ਕੇ ਤੇ ਜੇ ਉਹਨਾਂ ਪੰਜੋਰ ਕਿਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲਾ ਲੈਂਦੇ ਜੇ ਮੈਂ ਨਸ਼ੇ ਤੁਸੀਂ ਰੰਜਕੇ ਵਿੱਚ ਉਧਰ ਥੋੜਾ ਜਿਹਾ ਕੰਟਰੋਲ ਕਰ ਲੈਂਦੇ ਆ ਬਿਜਲੀ ਬੋਲੀ ਮਾਪ ਕਰਨ ਦੀ ਲੋੜ ਨਹੀਂ ਸੀ ਪੈਨਸ਼ਨਾਂ ਪੋਸ਼ਣਾਂ ਦੇ ਲਾਰੇ ਲਾਉਣ ਦੀ ਲੋੜ ਨਹੀਂ ਸੀ ਲੋਕਾਂ ਨੂੰ ਤੇ ਜੇ ਕਿਤੇ ਲੋਕਾਂ ਦਾ ਕੋਈ ਕੰਮ ਕਰ ਦਿੰਦੇ ਸ਼ਾਇਦ ਤੁਸੀਂ ਅੱਜ ਪੰਜਾਬ ਦੀ ਸਤਾ ਤੋਂ ਬਾਹਰ ਨਾ ਹੁੰਦੇ ਤੁਹਾਨੂੰ ਕੋਈ ਸਾਫ ਕੰਨ ਕਹਿੰਦਾ ਠੀਕ ਹੈ ਇਹ ਤੁਹਾਡੀ ਆਪਣੀ ਕਰਤੂਤ ਹੀ ਰਹੀ ਹੈ ਜਿਵੇਂ ਵਕਾਂ ਰੱਖਦੇ ਧਰਮ ਸੋਧ ਨੇ ਕਹਿੰਦੇ 63 ਕਰੋੜ ਉਹ ਬੱਚਿਆਂ ਦਾ ਵਜੀਫਾ ਹੀ ਖਾ ਗਿਆ ਸੀ ਜੇਲ-ਜੁਲ ਵੀ ਕੱਟ ਗਿਆ ਹੁਣ ਤੇ ਇਧਰ ਜਿਹੜਾ ਖਾਰਾ ਇਹਦਾ ਮੌਜੂਦਾ ਪ੍ਰਧਾਨ ਹੈ ਤੁਹਾਨੂੰ ਬਰਤਾਨ ਰਾਜਾ ਬਣ ਕੇ ਇਹ ਕਹਿੰਦੇ 34-35 ਕਰੋੜ ਬਸਾਂ ਦੀਆਂ ਬਾਟੀਆਂ ਵਿੱਚੋਂ ਖਾ ਗਿਆ ਸੀ ਤੇ ਤੁਸੀਂ ਤਾਂ ਸਿੱਧ ਉਹਨੂੰ ਵੀ ਡੋ ਬਤਾ ਉਹ ਵਿਚਾਰਾ 15 ਸੌਣ ਲੱਖ ਰੁਪਇਆ ਕਾਬਲ ਦੇ ਸੋਰਚੋਂ ਲੈਂਦਾ ਸੀ ਤੇ ਹੁਣ ਉਧਰੋਂ ਹੀ ਨਾਮ ਹੋ ਗਿਆ ਉਧਰ ਵੀ ਨਜਾਸ ਪਰ ਦੋ ਤਾਂ ਇਧਰ ਤੁਸੀਂ ਸੀਐਮ ਬਣਾਉਂਦੇ ਬਣਾਉਂਦੇ ਉਹਨੂੰ ਲੜ ਲਾਤਾ ਉਹ ਵਿਚਾਰਾ ਤੁਹਾਡੇ ਕਹੇ ਵੱਡੇ ਵੱਡੇ ਗੱਪ ਮਾਰੀ ਗਿਆ ਕਿਤੇ ਭਵਨਤ ਮੰਨਣ ਲੜਦੇ ਕਿਤੇ ਕਿਸੇ ਨਾਲ ਲੜ ਪਿਆ ਤੁਸੀਂ ਤਾਂ ਉਧਰੋਂ ਵੀ ਉਹਦੀ ਵੱਡੀ ਫੌਜ ਥੀ ਤੇ ਬਾਰੀਰ ਵਰਗੇ ਨੇ ਤੇ ਉਹ ਉਹ ਵਿਚਾਰੇ ਇੰਗਲਿਸ਼ ਬੋੜੀ ਥੋੜੀ ਬਹੁਤੀ ਬੋਲ ਕੇ ਸ਼ਹਿਰੋ ਸ਼ਹਿਰੀ ਲੋਕਾਂ ਨਾਲ ਸੁਣਨ ਦੀ ਕੋਸ਼ਿਸ਼ ਕਰ ਰਹੇ ਲੋਕ ਹੁਣ ਸਮਝਦਾ ਰਹੇ ਤੇ ਜਿਹੜਾ ਖੁਦ ਮਖਤਿਆਰੀ ਚਾਹੁੰਦਾ ਸੀ ਉਹ ਵਿਚਾਰ ਜੇਲ੍ਹ 'ਚ ਬੈਠਾ ਹੁਣ ਖੈਰਾ ਸਾਲ ਜਾਨੀ ਕਿ ਕੁੱਲ ਮਿਲਾ ਕੇ ਜੇ ਕਹੀਏ ਨਾ ਬਦਲਾਂ ਦੇ ਕალი ਕਲ ਤੇ ਰਹਿ ਗਈ ਬਦਲ ਨਾ ਲੈ ਬੰਤਾਂ ਤੇ ਨਾ ਕਾਂਗਰਸੀ ਹੁੰਦੀ ਪੱਲੇ ਕੁਝ ਨਹੀਂ ਰਿਹਾ ਮੈਂ ਤਿੰਨ ਚਾਰ ਨਾਂ ਗਿਣਨੇ ਨੇ ਤੁਸੀਂ ਅੰਦਾਜ਼ਾ ਲਾਓ। ਸਭ ਤੋਂ ਪਹਿਲਾਂ ਦਾ ਸੁਖਵੀਰ ਬਾਦਲ ਮੁੱਖ ਮੰਤਰੀ ਸਟੋ ਉਹਨੂੰ ਬਾਦਲ ਪਿੰਡ ਵਿੱਚੋਂ ਕੋਈ ਸੰਪਰਕ ਜ ਨਹੀਂ ਬਣਾਊਗਾ ਹੁਣ। ਬਸ ਛੋਟੀ ਜੀ ਗੱਲ ਹੁੰਦੀ ਹੈ। ਮਨਜੀਤ ਜੀ ਆ ਆਪਣੇ ਪਿੰਡ 'ਚ ਖੜ ਕੇ ਦੇਖ ਲੈ। ਉਹਦੇ ਕਿਸੇ ਨੇ ਜਾਤ ਨਹੀਂ ਪੁੱਛਣੀ। ਤੇ ਵਿਪਹਾਰ ਸਮਿਤੀ ਕੋਲ ਬਾਦਲ ਉਹ ਬਹੁਤ ਬੋਲਦੀ ਹੈ। ਤੇ ਉਹਦੀ ਵੀ ਕਿਸੇ ਨੇ ਜਾਤ ਨਹੀਂ ਪੁੱਛਣੀ ਕੋਣ। ਕੁੱਲ ਮਿਲਾ ਕੇ ਇਹ ਕਹਿ ਲਓ ਵੀ ਜਿਹੜੀ ਸੀਐਮ ਦੀ ਕੁਰਸੀ ਹੈ ਨਾ ਉਹ ਤੁਹਾਨੂੰ ਛੇਤੀ ਮਿਲਣੀ ਨਹੀਂ ਆ 2022 ਦੇ ਵਿੱਚ ਮੈਨੂੰ ਲੱਗਦਾ ਹੈ ਵੀ ਭਗਵੰਤ ਮਾਨ ਸਰਕਾਰ ਦੁਆਰਾ ਰਬੀਟ ਕਰ ਲਊਗਾ ਠੀਕ ਹੈ ਚਲੋ ਜੇ ਨਾਂ ਨਹੀਂ ਕਰੂ ਕੋਈ ਵੱਡੀ ਗੱਲ ਨਹੀਂ ਤੇ ਤੁਸੀਂ ਕਹਿੰਦੇ ਤਾਂ ਹੈ ਕਿ ਕਿ ਬੀਜੇਪੀ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਤੇ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਨਾ ਉਹ ਥੋੜੇ ਤੋਂ ਅੱਕੇ ਬਹੁਤ ਪੈ ਗਏ ਹੁਣ ਕਹਿੰਦੇ ਨੇ ਚੌਥਾ ਬਦਲਾ ਜਿਹੜਾ ਬੀਜੇਪੀ ਨੂੰ ਲੈ ਕੇ ਆਵਾਂਗੇ ਮੈਨੂੰ ਲੱਗਦਾ ਹੈ 27 ਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਆ ਹੀ ਜਾਣੀ ਹੈ ਇਹ ਸੱਚਾਈ ਹੈ ਤੇ ਹੁਣ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਭਵੰਤਮਨ ਨੂੰ ਭੰਨਣ ਵਾਲ ਤੇ ਹਾਲਾਂਕਿ ਆਪਾਂ ਭਵੰਤਮਨ ਦੇ ਹੱਕ ਕੁਝ ਨਹੀਂ ਹੈਗੇ ਕਈ ਮੈਂ ਕਈ ਵਾਰ ਤੁਸੀਂ ਕਹੋਗੇ ਚਮਚਾਦਾਰ ਉਹਨਾਂ ਤੇ ਮੈਂ ਕਹੇ ਭੁੱਲ ਜਾਓ ਕਈ ਵਾਰੀ ਮੇਰੇ ਪਾਗ ਦੇ ਦੇਖ ਕੇ ਕਹਿਣਗੇ ਇਹਨੇ ਭਗਵੰਤ ਮਾਨ ਨਾਲ ਹੀ ਪੱਗ ਬਨ ਲਈ ਨਾ 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 ਪੱਗਾਂ ਤਾਂ ਮੇਰੇ ਕੋਲੇ ਬਹੁਤ ਪਈਆਂ ਨੇ ਸਾਮਾ ਰੋਜ਼ ਬਦਲ ਕੇ ਬੰਨੀ ਜਾਂਦੀ ਹੈ ਕੋਈ ਸ਼ੱਕ ਨਹੀਂ ਹਾਂ ਤੁਸੀਂ ਜਿੰਨਾ ਮਰਜ਼ੀ ਭੰਡ ਲਓ ਤੇ ਤੁਹਾਡੇ ਪੱਲੇ ਕੁਝ ਨਹੀਂ ਤੁਹਾਨੂੰ ਕਿਸੇ ਨੂੰ ਨਹੀਂ ਪੁੱਛਣਾ ਜਿੰਨਾ ਤੁਸੀਂ ਭਗਵੰਤ ਮਾਨ ਨੂੰ ਭੰਡੋਂਗੇ ਉਹਨਾਂ ਤੋਂ ਤੁਹਾਡਾ ਆਪਣਾ ਜਰੂਰਸ ਨਿਕਲੂ ਜਿੰਨਾ ਮਰਜ਼ੀ ਫਮੇ ਮਜੀਤ ਗਿਆ ਬੋਲੀ ਜਾਵੇ ਸੁਖਵੀਰ ਬੋਲੀ ਜਾਵੇ ਬੀਬੀ ਸੁਖਵੀਰ ਹਰਸਿਮਰ ਸਿੰਘ ਬਾਦਲ ਬੋਲੀ ਜਾਵੇ ਆ ਰਾਜੇ ਬੜੰਗ ਬਰਗੇ ਜਿਹੜੇ ਮਰਜੀ ਬੋਲੀ ਚਲੋ ਤੁਹਾਨੂੰ ਲੋਕਾਂ ਨੇ ਹੁਣ ਨਕਾਰਤਾ ਤੁਸੀਂ ਤਾਂ ਹੁਣ ਮੈਂ ਤੁਹਾਨੂੰ ਇੱਕ ਸਲਾਹ ਦੇਣੀ ਹੈ ਤੁਹਾਡੇ ਕੋਲ ਲੁੱਟ ਛੋੜ ਦਾ ਪੈਸਾ ਬਹੁਤ ਹੈ ਨਜ਼ਾਰੇ ਲਓ ਵਧੀਆ ਗੱਟੀਆਂ ਤੁਹਾਡੇ ਕੋਲ ਵਧੀਆ ਕੋਠੀਆਂ ਟੱਕੀਆਂ ਟਿੱਗੀਆਂ ਨੇ ਨਜ਼ਾਰੇ ਲਓ ਬਸ ਤੁਹਾਨੂੰ ਮੰਗਲ ਤਾਂ ਦੇਖੋ ਨਾ ਤੁਸੀਂ ਤਾਂ ਜਿੰਨਾ ਭਵੰਤਮਨ ਦੇ ਖਿਲਾਫ ਬੋਲੋਗੇ ਤੇ ਉਹਨਾਂ ਤੁਹਾਡੇ ਲੋਕ ਭੜਕਣਗੇ ਇਹ ਸਚਾਈ ਹੈ ਤੇ ਹੁਣ ਕਹਿਣਗੇ ਲੈ ਇਹ ਭਵਿਕ ਬਾਣੀ ਕਰੀ ਜਾਂਦਾ ਇਹ ਬ੍ਰਹਮ ਗਿਆਨੀ ਹੈ ਲੈ ਇਹ ਰੱਬ ਹੈ ਹੁਣ ਇਹ ਕਹਿਣਗੇ ਨਾਮ ਹੈ ਰਬਾ ਨਾਮ ਹੈ ਬ੍ਰਹਮ ਗਿਆਨੀ ਹੈ ਤੇ ਨਾਮ ਆ ਭਵਿਕ ਬਾਣੀ ਕੀਤੀ ਮੈਂ ਤੁਹਾਡੀ ਕਰਤੂਤ ਦਸੀਆਂ ਲੋਕਾਂ ਨੂੰ ਵੀ ਤੁਸੀਂ 72 73 ਸਾਲ ਲੈ ਵੀ ਜਿਹੜੀ ਲੁੱਟ ਖੁੱਟ ਪੰਜਾਬ ਦੇ ਨਾਲ ਕੀਤੀ ਹੈ ਨਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਉਹ ਲੋਕਾਂ ਨੂੰ ਤੁਹਾਡੀ ਕਰਤੂਤ ਦਾ ਸਾਰੀ ਦਾ ਪਤਾ ਹੈ ਮੈਂ ਤਾਂ ਤੁਹਾਡੀ ਕਰਤੂਤ ਦਸੀ ਗੇ ਮੈਂ ਕਿ ਭਵਿਕ ਬਾਣੀ ਹੁੰਦਾ ਸੀ ਤੇ ਹੁਣ ਜਿਹੜੀ ਮੈਂ ਅੱਜ ਵੀਡੀਓ ਪਾਈ ਐ ਨਾ ਇਹ ਤਾਂ ਪਾਈ ਐ ਤੁਸੀਂ ਆਪਣੀਆਂ ਕਰਦੂਤਾਂ ਦਾ ਠਿਕਰਾ ਭਵੰਤਮਾਨ ਦੇ ਸ਼ਰਨਾਮ ਪੰਨੋ ਤੇ ਉਹ ਬੇਟੀ ਨੂੰ ਬੇਨਤੀ ਕਰ ਦੇਣਾ ਬੇਟਾ ਜੇ ਮਜੀਠੀ ਦੇ ਪਿੱਛੇ ਲੱਗੇ ਤੂੰ ਬੋਲ ਪਈ ਨਾ ਚੰਗੀ ਰਹੇਗੀ ਤੇਰਾ ਪਿਓ ਭਵੰਤਮਾਨ ਹੈ ਤੇ ਭਵੰਤਮਾਨ ਹੀ ਰਹਿਣਾ ਮਜੀਠੀਆ ਤੇਰਾ ਪਿਓ ਨਹੀਂ ਬਣ ਲਗਾ ਮਜੀਠੀਆ ਪਤਾ ਨਹੀਂ ਕਿੰਨੇ ਕੰਨ ਦਾ ਪਿਓ ਬਣਿਆ ਤੇ ਮੀਡੀਆ ਕਿਸੇ ਦੀ ਸਾਰ ਨਹੀਂ ਲੈਂਦਾ ਤੇ ਨਾ ਹੀ ਲੋਕ ਲੈਣ ਬਸ ਇੰਨੀਆਂ ਗੁੰਬਿੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੀ ਮੈਂ ਗੱਲਬਾਤ ਕੀਤੀ ਹੈ ਨਾ ਮੈਂ ਭਵੰਤਮਾਨ ਦਾ ਚਮਚਾ ਬਣ ਕੇ ਨਹੀਂ ਕੀਤੀ ਮੈਂ ਕਾਲੀਆਂ ਤੇ ਕਾਂਗਰਸਿਆਂ ਦੀ ਕਰਤੂਤ ਦਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ